ਕਿਤੇ ਕੋਈ ਤੁਹਾਨੂੰ ਕੰਮ ਕਰਨ 'ਚ ਦਿੱਕਤ ਆਉਂਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਵੀ ਮਹਿਕਮਾ ਬਹੁਤ ਵਧੀਆ ਕੰਮ ਕਰ ਸਕਦਾ ਪਰ ਆਹ ਇੱਕ ਦੋ ਬੰਦੇ ਅੜਿੱਕਾ ਬਣੇ ਹੋਏ ਨੇ, ਸਾਨੂੰ ਦੱਸ ਦਿਓ, ਅੜਿੱਕੇ ਕੱਢ ਦੇਵਾਂਗੇ ਆਪਾਂ। ਪਹਿਲਾਂ ਤੁਸੀਂ ਦੇਖਿਆ ਹੀ ਹੈ ਪਟਵਾਰੀਆਂ ਦਾ ਬੋਲਣ ਤਾਂ ਤੁਸੀਂ ਲੱਗੇ ਸੀ, ਮੈਂ ਬੋਲ ਦਿੰਦਾ। ਜਦੋਂ ਕਲਮ ਮਿਲ ਗਈ, ਪਰਮਾਤਮਾ ਨੇ ਕਲਮ ਦੇ ਤੀ, ਐਡੀ ਵੱਡੀ ਕਲਮ ਮਿਲ ਗਈ ਕਿ ਤੁਹਾਡੇ ਇੱਕ ਅੱਖਰ ਨਾਲ ਜ਼ਮੀਨਾਂ ਦੇ ਝਗੜੇ ਖਤਮ ਵੀ ਹੋ ਸਕਦੇ ਹੈ, ਸ਼ੁਰੂ ਵੀ ਹੋ ਸਕਦੇ, ਕਤਲ ਵੀ ਹੋ ਸਕਦੇ ਇੱਕ ਅੱਖਰ ਨਾਲ। ਜਦੋਂ ਐਡੀ ਵੱਡੀ ਤਾਕਤ ਤੁਹਾਨੂੰ ਪਰਮਾਤਮਾ ਨੇ ਦੇ ਰੱਖੀ ਹੈ ਕਿ ਧਰਤੀ 'ਤੇ ਤੁਸੀਂ ਸਭ ਤੋਂ ਵੱਡੇ, ਤੁਹਾਡੇ ਦਸਕਤ ਨੇ, ਫਿਰ ਆਪਣੇ ਆਪ ਨੂੰ ਪਰਮਾਤਮਾ ਸਮਝਣ ਲੱਗ ਜਾਣਾ ਗਲਤ ਹੋ ਜਾਂਦਾ। ਫਿਰ ਕਈ ਹੁੰਦੇ ਨੇ ਬੰਦੇ ਜਿਹੜੇ ਰੱਬ ਦਾ ਨਾਮ ਜਪਾਉਂਦੇ ਜਪਾਉਂਦੇ ਉਹਨਾਂ ਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਨੇ। ਸੋ ਦੁੱਖ ਮੈਨੂੰ ਉਸ ਗੱਲ ਦੇ ਵਿੱਚ, ਜਾਂ ਤਾਂ ਕੋਈ ਤਨਖਾਹ 'ਚ ਕਮੀ ਕਰਦੇ ਹੋਈਏ, ਤਨਖਾਹ ਵਧਾ ਦਿੰਦੇ ਹਾਂ ਭਾਈ ਤੁਹਾਡੀ, ਪਰ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਹਦੇ ਹੱਕ 'ਚ ਹੜਤਾਲ ਕਰਨੀ ਕਿ ਸਾਡਾ ਬੰਦਾ ਛੱਡੋ, ਨਹੀਂ ਤਾਂ ਅਸੀਂ ਕਲਮ ਛੋੜ ਹੜਤਾਲ ਕਰਾਂਗੇ। ਮੈਂ ਲਿਖਤਾ ਫਿਰ, ਮੈਂ ਕਿਹਾ ਛੱਡ ਦਿਓ ਕਲਮ, ਦੁਬਾਰਾ ਫੜਾਉਣੀ ਹੈ ਕਲਮ ਜਾਂ ਨਹੀਂ ਫੜਾਉਣੀ ਸਾਡੀ ਮਰਜ਼ੀ ਹੈ। ਫਿਰ ਮੈਂ ਤੁਹਾਡੇ ਥਾਂ 'ਤੇ ਹੋਰ ਵੀ ਕਲਮਾਂ ਪੜ੍ਹਨ ਨੂੰ ਬਹੁਤ ਬੈਠੇ, ਨਵੇਂ ਮੁੰਡੇ ਵੱਧ ਪੜ੍ਹੇ ਲਿਖੇ ਬੈਠੇ ਆ, ਨਵੇਂ ਮੁੰਡੇ ਕਲਮਾਂ ਪੜ੍ਹਨ ਨੂੰ ਬੈਠੇ ਨਹੀਂ। ਮੈਂ ਅਗਲੇ ਦਿਨ ਹੀ 712 ਕੱਢਤੀਆਂ ਪੋਸਟਾਂ ਜਿਹੜੀਆਂ ਉਹਨਾਂ ਦੀਆਂ, ਟ੍ਰੇਨਿੰਗ ਤੋਂ ਬੁਲਾਏ ਕਿ ਚਲੋ ਕੰਮ 'ਤੇ ਚੱਲੀਏ ਪਟਵਾਰੀਆਂ ਦੀ। ਇਹ ਕੋਈ ਠੀਕ ਗੱਲ ਹੈ ਯਾਰ? ਕੋਈ ਤੁਹਾਨੂੰ ਕਲਮ ਮਿਲੀ ਹੈ ਤਾਂ ਕਲਮ ਚਲਾਓ। ਕਿਤੇ ਕੋਈ ਤੁਹਾਨੂੰ ਕੰਮ ਕਰਨ 'ਚ ਦਿੱਕਤ ਆਉਂਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਵੀ ਮਹਿਕਮਾ ਬਹੁਤ ਵਧੀਆ ਕੰਮ ਕਰ ਸਕਦਾ ਪਰ ਆਹ ਇੱਕ ਦੋ ਬੰਦੇ ਅੜਿੱਕਾ ਬਣੇ ਹੋਏ ਨੇ, ਸਾਨੂੰ ਦੱਸ ਦਿਓ, ਅੜਿੱਕੇ ਕੱਢ ਦੇਵਾਂਗੇ ਆਪਾਂ। ਪਹਿਲਾਂ ਤੁਸੀਂ ਦੇਖਿਆ ਹੀ ਹੈ ਪਟਵਾਰੀਆਂ ਦਾ ਬੋਲਣ ਤਾਂ ਤੁਸੀਂ ਲੱਗੇ ਸੀ, ਮੈਂ ਬੋਲ ਦਿੰਦਾ। ਜਦੋਂ ਕਲਮ ਮਿਲ ਗਈ, ਪਰਮਾਤਮਾ ਨੇ ਕਲਮ ਦੇ ਤੀ, ਐਡੀ ਵੱਡੀ ਕਲਮ ਮਿਲ ਗਈ ਕਿ ਤੁਹਾਡੇ ਇੱਕ ਅੱਖਰ ਨਾਲ ਜ਼ਮੀਨਾਂ ਦੇ ਝਗੜੇ ਖਤਮ ਵੀ ਹੋ ਸਕਦੇ ਹੈ, ਸ਼ੁਰੂ ਵੀ ਹੋ ਸਕਦੇ, ਕਤਲ ਵੀ ਹੋ ਸਕਦੇ ਇੱਕ ਅੱਖਰ ਨਾਲ। ਜਦੋਂ ਐਡੀ ਵੱਡੀ ਤਾਕਤ ਤੁਹਾਨੂੰ ਪਰਮਾਤਮਾ ਨੇ ਦੇ ਰੱਖੀ ਹੈ ਕਿ ਧਰਤੀ 'ਤੇ ਤੁਸੀਂ ਸਭ ਤੋਂ ਵੱਡੇ, ਤੁਹਾਡੇ ਦਸਕਤ ਨੇ, ਫਿਰ ਆਪਣੇ ਆਪ ਨੂੰ ਪਰਮਾਤਮਾ ਸਮਝਣ ਲੱਗ ਜਾਣਾ ਗਲਤ ਹੋ ਜਾਂਦਾ। ਫਿਰ ਕਈ ਹੁੰਦੇ ਨੇ ਬੰਦੇ ਜਿਹੜੇ ਰੱਬ ਦਾ ਨਾਮ ਜਪਾਉਂਦੇ ਜਪਾਉਂਦੇ ਉਹਨਾਂ ਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਨੇ। ਸੋ ਦੁੱਖ ਮੈਨੂੰ ਉਸ ਗੱਲ ਦੇ ਵਿੱਚ, ਜਾਂ ਤਾਂ ਕੋਈ ਤਨਖਾਹ 'ਚ ਕਮੀ ਕਰਦੇ ਹੋਈਏ, ਤਨਖਾਹ ਵਧਾ ਦਿੰਦੇ ਹਾਂ ਭਾਈ ਤੁਹਾਡੀ, ਪਰ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਹਦੇ ਹੱਕ 'ਚ ਹੜਤਾਲ ਕਰਨੀ ਕਿ ਸਾਡਾ ਬੰਦਾ ਛੱਡੋ, ਨਹੀਂ ਤਾਂ ਅਸੀਂ ਕਲਮ ਛੋੜ ਹੜਤਾਲ ਕਰਾਂਗੇ। ਮੈਂ ਲਿਖਤਾ ਫਿਰ, ਮੈਂ ਕਿਹਾ ਛੱਡ ਦਿਓ ਕਲਮ, ਦੁਬਾਰਾ ਫੜਾਉਣੀ ਹੈ ਕਲਮ ਜਾਂ ਨਹੀਂ ਫੜਾਉਣੀ ਸਾਡੀ ਮਰਜ਼ੀ ਹੈ। ਫਿਰ ਮੈਂ ਤੁਹਾਡੇ ਥਾਂ 'ਤੇ ਹੋਰ ਵੀ ਕਲਮਾਂ ਪੜ੍ਹਨ ਨੂੰ ਬਹੁਤ ਬੈਠੇ, ਨਵੇਂ ਮੁੰਡੇ ਵੱਧ ਪੜ੍ਹੇ ਲਿਖੇ ਬੈਠੇ ਆ, ਨਵੇਂ ਮੁੰਡੇ ਕਲਮਾਂ ਪੜ੍ਹਨ ਨੂੰ ਬੈਠੇ ਨਹੀਂ। ਮੈਂ ਅਗਲੇ ਦਿਨ ਹੀ 712 ਕੱਢਤੀਆਂ ਪੋਸਟਾਂ ਜਿਹੜੀਆਂ ਉਹਨਾਂ ਦੀਆਂ, ਟ੍ਰੇਨਿੰਗ ਤੋਂ ਬੁਲਾਏ ਕਿ ਚਲੋ ਕੰਮ 'ਤੇ ਚੱਲੀਏ ਪਟਵਾਰੀਆਂ ਦੀ। ਇਹ ਕੋਈ ਠੀਕ ਗੱਲ ਹੈ ਯਾਰ? ਕੋਈ ਤੁਹਾਨੂੰ ਕਲਮ ਮਿਲੀ ਹੈ ਤਾਂ ਕਲਮ ਚਲਾਓ।